ਤੁਹਾਨੂੰ ਕਦੋਂ ਮਤਲਬ ਲੋਕਾਂ ਤੋਂ ਸੁਣਨ ਨੂੰ ਮਿਲਣ ਲੱਗ ਗਿਆ ਕਿ ਹਾਂ ਬਈ ਤੁਹਾਡਾ ਘਰ ਵਾਲਾ ਤਾਂ ਬਹੁਤ ਉੱਚੇ ਮੁਕਾਮ ਤੇ ਪਹੁੰਚ ਗਿਆ? ਮੇਰੇ ਡੈਡੀ ਕੋਲ ਗੱਲਾਂ ਕਰਦਾ ਹੁੰਦਾ ਸੀ ਬਈ ਜੇ ਚਾਚਾ ਮੇਰੀ ਗੁੱਡੀ ਚੜ ਗਈ ਮੈਂ ਕੰਧਾਂ ਸੋਨੇ ਦੀਆਂ ਕਰ ਦੂੰ। ਹੋਈ ਜਾਣੀਆਂ ਸੀ ਕੰਧਾਂ ਸੋਨੇ ਦੀਆਂ ਜੇ ਕੋਈ ਸਾਡੇ ਮਗਰ ਪੈਰੀ ਨਾ ਪੈਂਦੇ। ਜੇ ਕਮਾਇਆ ਸੀ ਇੰਨਾ ਉਹਨੂੰ ਖਾਣ ਦਾ ਹੁਕਮ ਨਹੀਂ ਹੋਇਆ। ਕਿੱਦਾਂ ਦੇ ਇਨਸਾਨ ਸੀਗੇ? ਮਿਹਨਤ ਕਰਦੇ ਸੀ, ਹੈ ਨਾ, ਪੈਸਾ ਕਮਾਉਂਦੇ ਸੀ, ਸਟਾਰ ਸੀ ਸਾਰਿਆਂ ਵਾਸਤੇ, ਸਾਡੇ ਲਈ ਅੱਜ ਵੀ ਲੈਜੈਂਡ ਨੇ। ਪਰ ਮੈਂ ਤੁਹਾਡੇ ਕੋਲੋਂ ਜਾਣਾ ਚਾਹਾਂਗੀ ਇਨਸਾਨ ਕਿਹੋ ਜਿਹੇ ਸੀਗੇ? ਇਹ ਤਾਂ ਆਪ ਕਹਿੰਦਾ ਸੀ ਡੈਡੀ, ਕਹਿੰਦਾ ਗਰਮੇਲੋ ਦੇ ਇਹੋ ਜਿਹੇ ਭਾਗ ਨੇ, ਕਹਿੰਦਾ ਇਹਨੇ ਆਪਣੀ ਗਰੀਬੀ ਕੱਟਤੀ। ਬਹੁਤ ਵੱਡੀ ਗੱਲ ਹੈ ਨਾ, ਮੈਨੂੰ ਅੱਜ ਤਾਈਂ ਇਹਨੇ ਚੂ ਨਹੀਂ ਸੀ ਕਿਹਾ। ਅੱਛਾ, ਨਾ ਅਸੀਂ ਤਾਂ ਉਹਨਾਂ ਨੂੰ ਹਮੇਸ਼ਾ ਸਟੇਜ ਤੇ ਗਾਉਂਦੇ ਹੋਏ ਵੇਖਿਆ, ਬੜੀ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਜਿਉਂਦੀ ਜਾਗਦੀ ਜੀ ਸੀ, ਰੌਣਕਾਂ ਲਾ ਦਿੰਦੀ ਸੀ। ਫਿਰ ਕਿੱਦਾਂ ਵਿਆਹ ਦੀ ਰਸਮਾਂ ਵਗੈਰਾ ਕਿੱਦਾਂ ਅੱਜ ਵੀ ਯਾਦ ਆਉਂਦਾ ਉਹ ਸਾਰਾ ਕੁਝ? ਰਸਮਾਂ ਸਾਡੀ ਵਧੀਆ ਹੋਈ ਆ, ਦਿਨ ਪਾਏ ਨੇ ਵਿਆਹ ਦੇ। ਅੱਛਾ, ਤੇ ਸੀਗਾ ਬਾਈ ਮਗਰ ਦਾ ਵਿਆਹ ਸੀ ਮੇਰਾ, ਤੇ ਇਹਨਾਂ ਦੀ ਬਰਾਤ 150 ਬੰਦਾ ਸੀ। ਅੱਛਾ, ਬੱਚਿਆਂ ਨਾਲ ਕਿਹੋ ਜਿਹੇ ਸੀ ਬੱਚੇ? ਮੇਰੇ ਉਦੋਂ ਛੋਟੇ ਸੀਗੇ ਬਹੁਤ, ਤੇ ਉਹ ਜਿਹੜੀ ਮੇਰੀ ਬੇਟੀ ਆ ਉਹ 7-8-9 ਮਹੀਨਿਆਂ ਦੀ ਸੀ। ਅੱਛਾ ਜੀ, ਇਹ ਸੀਗੀ 3-2.5 ਸਾਲ ਦੀ। ਮੈਂ ਸੁਣਿਆ ਵੀ ਉਹਨਾਂ ਨੇ ਲਾਗੇ ਜ਼ਮੀਨ ਲੈ ਰੱਖੀ ਸੀ, ਰੱਖੀ ਸੀ ਹੈ, ਔਰ ਹੋਰ ਜ਼ਮੀਨ ਵੀ ਲੈਣਾ ਚਾਹੁੰਦੇ ਸੀ ਤੁਹਾਡੇ ਨਾਂ ਤੇ, ਬਿਆਨ ਨਾ ਕਰਵਾ ਕੇ ਤੁਹਾਨੂੰ ਬਾਹਰਲੇ ਮੁਲਕ ਕੈਨੇਡਾ 'ਚ ਸੈਟਲ ਕਰਵਾਉਣਾ ਚਾਹੁੰਦੇ ਸੀ। ਹਾਂ, ਉਹ ਵੀ ਕਹਿੰਦੇ ਸੀਗੇ ਬਈ ਗਰਮੇਲੋ ਦਾ ਪਾਸ ਬਣਾ ਕੇ ਇਹਨੂੰ ਬਾਹਰ ਕੈਨੇਡਾ ਛੱਡੇ ਆਉਣਾ। ਤੁਸੀਂ ਜਾਣਾ ਚਾਹੁੰਦੇ ਸੀ? ਉਹਨੂੰ ਜ਼ਿੰਦਗੀ ਥੋੜ੍ਹੀ ਦਿੱਤੀ ਹੈ, ਮੈਂ ਕਿੱਥੋਂ ਜਾਣਾ ਸੀ ਫਿਰ। ਜਦੋਂ ਉਹਨਾਂ ਦਾ ਨਾਮ ਬਣ ਗਿਆ ਸੀ, ਹੈ ਨਾ, ਅਸੀਂ ਦੇਖਿਆ ਕਿ ਖਾੜਕੂਵਾਦ ਦਾ ਜ਼ਮਾਨਾ ਸੀ, ਸੋ ਜੋ ਵੀ ਉਹਨਾਂ ਨੂੰ ਧਮਕੀਆਂ ਮਿਲਣੀਆਂ ਜਾਂ ਉਹਨਾਂ ਨੂੰ ਪਰੇਸ਼ਾਨ ਕਰਨਾ, ਉਹਦਾ ਪ੍ਰਭਾਵ ਤੁਹਾਡੇ ਤੇ ਵੀ ਪੈਂਦਾ ਹੋਏਗਾ ਪਰਿਵਾਰ ਤੇ? ਜਦ ਕਹਿੰਦਾ ਮੈਂ ਇੱਥੇ ਦੁੱਗਰੀ ਸੀਗੀ ਪੁੱਤ ਜੀ, ਉਦੋਂ ਮੇਰੇ ਕੋਲ ਇੱਕ ਚਿੱਠੀ ਆਈ ਆ। ਅੱਛਾ, ਜਦ ਇਹਨਾਂ ਦਾ ਡੈਡੀ ਆਇਆ ਮੈਂ ਕਿਹਾ ਵੀ ਆਹ ਕੋਈ ਚਿੱਠੀ ਦੇ ਕੇ ਗਿਆ ਵਾ, ਵੀ ਤੁਸੀਂ ਦੇਖ ਲਓ ਕਿਹਦੀ ਆ। ਜਦ ਉਹਨੇ ਪੜ੍ਹੀ, ਇੱਕ ਹਾਦਸਾ ਹੁੰਦਾ, ਇੱਕ ਸ਼ਾਮ ਇੰਨੇ ਮਤਲਬ ਕਾਲੇ ਅੱਖਰਾਂ 'ਚ ਲਿਖੀ ਜਾਂਦੀ ਹੈ ਜਦੋਂ ਉਹਨਾਂ ਦਾ ਕਤਲ ਹੁੰਦਾ, ਉਹਨਾਂ ਨੂੰ ਮਾਰਿਆ ਜਾਂਦਾ ਹੈ। ਜਦ ਸਾਨੂੰ ਪਤਾ ਲੱਗਿਆ ਬਈ ਅਮਰਜੋਤ ਤੇ ਚੰਗੀਲਾ ਥਾਂ ਹੀ ਰਹਿ ਗਈ, ਉੱਥੇ ਸਾਨੂੰ ਤਾਂ ਠੰਡੀਆਂ ਤੌਣੀਆਂ ਆਉਣ ਲੱਗ ਗਈਆਂ, ਸਾਨੂੰ ਨਹੀਂ ਪਤਾ ਕੀ ਹੋ ਗਿਆ ਜੀ। ਮੈਂ ਤਾਂ ਉੱਥੇ ਹੀ ਡਿੱਗ ਪਈ, ਜਿਹੜੀ ਮੇਰੀ ਛੋਟੀ ਸੀਗੀ ਬੇਟੀ ਉਹ ਮੇਰੇ ਗੋਦੀ ਸੀ, ਮਤਲਬ ਉੱਥੇ ਡਿੱਗੀ ਪਈ। ਮੈਂ ਉਹਨਾਂ ਨੂੰ ਕਰਦੀ ਹਾਂ ਵੀ ਕੋਲੋਂ ਹੀ ਆਏ ਹਾਂ, ਉਹ ਸੁਣ ਕੇ ਆ ਗਏ ਅੱਗੇ ਵੀ, ਮੈਂ ਕਿਹਾ ਝੂਠੀ ਗੱਲ ਨਿਕਲ ਗਈ ਸੀ ਜੀ। ਜਦੋਂ ਬਹੁਤ ਮੁਸ਼ਕਿਲ ਦੌਰ ਸੀਗਾ, ਹੈ ਨਾ, ਤੁਸੀਂ ਬਹੁਤ ਗਰੀਬੀ ਵੀ ਹੰਡਾਈ ਹੈ, ਉਹਨਾਂ ਦਿਨਾਂ ਬਾਰੇ ਵੀ ਦੱਸੋ। ਆਹ ਘਰ ਵੀ ਤਾਂ ਕੱਚਾ ਜਿਹਾ ਹੁੰਦਾ ਸੀਗਾ। ਮੈਂ ਕਹਿੰਦੀ ਹਾਂ ਬਹੁਤ ਔਖਾ ਟਾਈਮ ਕੱਢਿਆ, ਬਹੁਤ ਔਖਾ, ਕਦੇ ਕੁਛ ਕਰਨਾ, ਕਦੇ ਆਲੂ ਪੱਟਣ ਜਾਣਾ, ਕਦੇ ਕੁਛ ਕਰਨਾ, ਕਦੇ ਤਬੇਲਿਆਂ ਦੇ ਵਿੱਚ ਪੱਠੇ ਸਿੱਟਣੇ। 5 ਰੁਪਈਏ ਗੜੀ ਸੀ ਉਦੋਂ ਭਰੀ ਜੀ, 5 ਰੁਪਈਏ। ਮੈਂ ਬਹੁਤ ਔਖਾ ਟਾਈਮ ਕੱਢਿਆ। ਦੇਖ ਰਹੀ ਹਾਂ ਇੱਥੇ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਅਮਰਜੋਤ ਚਮਕੀਲਾ ਜੀ ਦੇ ਨਾਲ, ਅਮਰਜੀਤ ਜੀ ਦੀਆਂ, ਹੈ ਨਾ। ਸੋ ਇੱਕ ਸਮਾਂ ਉਹ ਵੀ ਹੋਏਗਾ ਕਿਉਂਕਿ ਸਾਡਾ ਸਮਾਜ ਕਿਤੇ ਨਾ ਕਿਤੇ ਸਵਾਲ ਖੜੇ ਕਰ ਦਿੰਦਾ। ਸੋ ਜਦੋਂ ਇਹਨਾਂ ਦੀ ਜੋੜੀ ਹਿੱਟ ਹੋਈ ਹੈ, ਜਦੋਂ ਜੋੜੀ ਦੇ ਚਰਚੇ ਸ਼ੁਰੂ ਹੋਏ ਨੇ, ਸੋ ਕੀ ਤੁਹਾਨੂੰ ਵੀ ਸਮਾਜਿਕ ਤੌਰ ਤੇ ਕਿਤੇ ਨਾ ਕਿਤੇ ਸਵਾਲ ਕੀਤੇ ਜਾਂਦੇ ਸੀਗੇ? ਮੈਨੂੰ ਕੋਈ ਨਹੀਂ ਸੀ ਪਤਾ ਜੀ, ਕੋਈ ਤਰਾਜ਼ ਨਹੀਂ ਸੀ ਮੈਨੂੰ, ਨਹੀਂ ਸੀ। ਪਰ ਮੈਂ ਸੁਣ ਰਹੀ ਸੀ ਕਹਿੰਦੇ ਵੀ 8 ਮਾਰਚ ਨੂੰ ਉਹਨਾਂ ਨੂੰ ਉਹਨਾਂ ਦਾ ਕਤਲ ਹੋਇਆ, ਹੈ ਨਾ, ਤੇ 7 ਮਾਰਚ ਨੂੰ ਉਹ ਨਾਲ ਸੀ ਮਿਲ ਕੇ ਗਏ ਨੇ? ਨਹੀਂ, ਸਾਨੂੰ ਉਹ ਮਿਲ ਕੇ ਗਏ ਨੇ 2 ਦਿਨ ਪਹਿਲਾਂ। ਅੱਛਾ, 2 ਦਿਨ ਪਹਿਲਾਂ। ਮੈਂ ਰੋਟੀ ਲਾਉਂਦੀ ਸੀ, ਇਹ ਅਮਰਜੋਤ ਸਬਜ਼ੀ ਕੱਟਦੀ ਸੀ। ਅੱਛਾ, ਜਦ ਮੈਂ ਰੋਟੀ ਲਾਉਂਦੀ ਸੀ ਮੀਂਹ ਵੀ ਬਹੁਤ ਪੈਂਦਾ ਸੀ, ਉਹ ਕਹਿੰਦੀ ਤੂੰ ਭੈਣ ਜੀ ਬਾਹਰ ਨੂੰ ਚੱਕੀ ਜਾਂਦੀ ਆ, ਬਾਹਰ ਕੀ ਆ? ਮੈਂ ਉਹਨੂੰ ਦੱਸਿਆ ਨਹੀਂ ਬਈ ਇਹਦੇ ਡੈਡੀ ਦਾ ਮੂੰਹ ਮੈਨੂੰ ਕਾਲਾ ਲੱਗਦਾ। ਅੱਛਾ, ਵੀ ਮੂੰਹ ਮੈਨੂੰ ਕਿਉਂ ਕਾਲਾ ਲੱਗਦਾ ਇੰਨਾ? ਜਿਹੜੀ ਰੂਹ ਦੇ ਵਿੱਚ ਮੈਨੂੰ ਜ਼ਮੀਨ 'ਚ ਦਿਖਾਇਆ ਆ ਆਪਦਾ ਚਿਹਰਾ, ਦੂਏ ਦਿਨ ਆ ਕੇ ਮੈਂ ਉਹੀ ਕੋਠੀ 'ਚ ਉਹੋ ਜਿਹੀ ਦੇਖ ਲਿਆ, ਚਿਹਰਾ ਮੈਨੂੰ ਪਹਿਲਾਂ ਦਿਖਾਈ ਦੇ ਗਿਆ, ਪਤਾ ਲੱਗ ਗਿਆ ਸੀ। ਮੈਂ ਤਾਂ ਕਹਿੰਦਾ ਉਹਨੂੰ ਭੁੱਖੀ ਦੇਖ ਕੇ ਰੱਜ ਜਾਂਦੀ ਸੀ। ਮੈਂ ਕਹੀ ਸੀ ਮੇਰਾ ਘਰ ਵਾਲੇ ਦਾ ਇੱਡਾ ਵੱਡਾ ਨਾਂ ਆ, ਮੈਨੂੰ ਕਾਸੇ ਦੀ ਪਰਵਾਹ ਨਹੀਂ।
ਕੋਈ ਉਹ ਉਹਨਾਂ ਦੀਆਂ ਇਹੋ ਜਿਹੀ ਗੱਲਾਂ ਯਾਦ ਆਉਂਦੀਆਂ ਕਦੇ ਤੁਸੀਂ ਪਰੇਸ਼ਾਨ ਹੁੰਦੇ ਹੋਵੋ ਕਦੇ ਦੁਖੀ ਹੁੰਦੇ ਹੋਵੋ ਤੁਹਾਨੂੰ ਸਮਝਾਉਂਦੇ ਹੋਣ ਅਤੇ ਉਹਨਾਂ ਦੀ ਉਹ ਗੱਲ ਜ਼ਿੰਦਗੀ ਦੇ ਵਿੱਚ ਤੁਹਾਨੂੰ ਹੌਂਸਲਾ ਦਿੰਦੀ ਹੋਵੇ? ਅੱਜ ਤਾਂ ਮੇਰਾ ਹੌਂਸਲਾ ਹੀ ਆ ਵੀ ਜਦ ਕਮਾ ਕੇ ਲਿਆਉਣਾ ਉਹਨੇ ਲਿਆ ਕੇ ਇਹ ਲੱਕ ਨੂੰ ਬੰਨ ਕੇ ਜਿਹੜੀ ਬੰਨੀ ਹੁੰਦੀ ਸੀ ਪੈਸੇ ਵਾਲੀ ਖੋਲ੍ਹ ਕੇ ਰੱਖ ਦੇਣੀ ਵੀ ਲੈ ਗਣ ਵਿਹਲੋ ਗਿਣ ਲਾ ਫਿਰ ਹੌਂਸਲਾ ਹੀ ਆ ਪੁੱਤ। ਬਟ ਤੁਸੀਂ ਮਨ ਨਾ ਖਰਾਬ ਕਰੋ, ਮੈਂ ਸੁਣਿਆ ਤੁਸੀਂ ਬੰਬੇ ਜਾ ਰਹੇ ਹੋ। ਹਾਂਜੀ। ਤੁਹਾਨੂੰ ਕਦੋਂ ਪਤਾ ਲੱਗਿਆ ਕਿ ਚਮਕੀਲਾ ਜੀ ਦੀ ਜ਼ਿੰਦਗੀ 'ਤੇ ਫਿਲਮ ਬਣ ਰਹੀ ਹੈ? ਪਹਿਲੀ ਵਾਰ ਆਏ ਨੇ ਸਾਡੇ ਕੋਲ ਵੀ ਅਸੀਂ ਫਿਲਮ ਬਣਾਉਂਦੇ ਹਾਂ ਜੀ। ਦਿਲਜੀਤ ਦੋਸਾਂਝ ਕਿਰਦਾਰ ਨਿਭਾ ਰਹੇ ਨੇ ਚਮਕੀਲਾ ਜੀ ਦਾ। ਠੀਕ ਹੈ, ਸਾਨੂੰ ਵਧੀਆ ਲੱਗਿਆ ਮੁੰਡਾ। ਅੱਛਾ ਲੱਗਿਆ, ਅੱਛਾ ਤੁਸੀਂ ਪਾਸ ਹੋ ਗਏ ਪਹਿਲੇ ਹੀ, ਹੈ ਨਾ। 8 ਮਾਰਚ ਨੂੰ ਮੇਲਾ ਲੱਗਦਾ ਹੈ ਨਾ ਸਮਾਜ 'ਤੇ, ਅਤੇ ਇਮਤਿਆਜ਼ ਅਲੀ ਜੀ ਖੁਦ ਆਏ ਸੀਗੇ ਮਿਲ ਕੇ ਗਏ? ਹਾਂਜੀ, ਪਰ ਮਤਾਂ ਮਿਲੇ ਨਾ ਭੱਜ ਕੇ। ਅੱਛਾ, ਵਧੀਆ ਲੱਗਿਆ ਬਹੁਤ। ਹੁਣ ਫਿਲਮ ਦੇਖਣ ਜਾ ਰਹੇ ਹੋ ਫਿਰ ਤੁਸੀਂ? ਯਾਰ ਮੰਮੀ ਨੂੰ ਜ਼ਰੂਰ ਲਿਆਉਣਾ, ਮੰਮੀ ਨੂੰ, ਅਮਨ ਨੂੰ ਕਹਿੰਦੇ। ਅੱਛਾ, ਮੰਮੀ ਨੂੰ ਨਹੀਂ ਛੱਡਣਾ, ਮਤਲਬ ਤੁਹਾਨੂੰ ਲੈ ਕੇ ਜਾਣਾ ਹੀ ਜਾਣਾ। ਬਹੁਤ ਅੱਛੀ ਗੱਲ ਹੈ। ਇਤਿਹਾਸ ਦੇ ਪੰਨੇ ਫਿਰ ਫਰੋਲੇ ਜਾਣਗੇ। ਪੰਜਾਬੀ ਸੰਗੀਤ ਜਗਤ ਦਾ ਇੱਕ ਵਾਰ ਫਿਰ ਤੋਂ ਚਮਕਦਾ ਹੋਇਆ ਨਾਂ ਲੈਜੈਂਡ ਚਮਕੀਲਾ ਜੀ ਦਾ ਫਿਰ ਤੋਂ ਸਿਨੇਮਾ ਦੇ ਵਿੱਚ ਵਿਖਾਈ ਦੇਗਾ, ਕਿਉਂਕਿ ਇਮਤਿਆਜ਼ ਅਲੀ ਵੱਲੋਂ ਇੱਕ ਬਾਲੀਵੁੱਡ ਫਿਲਮ ਤਿਆਰ ਕੀਤੀ ਗਈ ਹੈ। ਦਿਲਜੀਤ ਦੋਸਾਂਝ ਚਮਕੀਲੇ ਜੀ ਦਾ ਕਿਰਦਾਰ ਨਿਭਾ ਰਹੇ, ਔਰ ਉਸੇ ਦੇ ਚੱਲਦੇ ਸਾਨੂੰ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ, ਜਿਨ੍ਹਾਂ ਨੇ ਚਮਕੀਲਾ ਜੀ ਦਾ ਹਮਸਫ਼ਰ ਬਣ ਕੇ ਸਾਥ ਨਹੀਂ ਦਿੱਤਾ, ਬਲਕਿ ਅੱਜ ਵੀ ਉਹਨਾਂ ਦੀ ਜਿਹੜੀ ਮੌਜੂਦਗੀ ਹੈ ਉਹ ਉਹਨਾਂ ਦੇ ਅਕਸ ਦੇ ਵਿੱਚ ਨਜ਼ਰ ਆਉਂਦੀ ਹੈ। ਸੋ ਮੈਂ ਗੱਲ ਕਰ ਰਹੀ ਹਾਂ ਉਹਨਾਂ ਦੀ ਧਰਮ ਪਤਨੀ, ਉਹਨਾਂ ਦੇ ਹਮਸਫ਼ਰ ਗੁਰਮੇਲ ਕੌਰ ਜੀ ਦੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਆ ਪੁੱਤ। ਠੀਕ ਹੋ? ਹਾਂਜੀ, ਸਿਹਤਾਂ ਠੀਕ ਨੇ? ਹਾਂਜੀ, ਸਿਹਤ ਠੀਕ ਨੇ। ਮੈਂ ਜਦੋਂ ਆਈ ਔਰ ਮੈਂ ਜਦੋਂ ਇਹਨਾਂ ਨੂੰ ਮਤਲਬ ਬਾਹਾਂ ਵਿੱਚ ਲਿਆ, ਮੈਨੂੰ ਇੰਨਾ ਸੋਹਣਾ ਅਹਿਸਾਸ ਹੋਇਆ ਉਸ ਟਾਈਮ 'ਤੇ, ਕਿਉਂਕਿ ਮੈਂ ਖੁਦ ਨਹੀਂ ਕਦੀ ਸੋਚਿਆ ਸੀ ਬਤੌਰ ਫੈਨ ਕਿ ਮੈਂ ਕਦੀ ਉਹਨਾਂ ਦੇ ਪਰਿਵਾਰ ਨੂੰ ਮਿਲ ਵੀ ਪਾਵਾਂਗੀ ਔਰ ਉਹਨਾਂ ਨਾਲ ਜਜ਼ਬਾਤ ਵੀ ਸਾਂਝੇ ਕਰ ਪਾਵਾਂਗੇ, ਪਰ ਮੈਨੂੰ ਲੱਗਦਾ ਕਈ ਵਾਰ ਦਿਲੋਂ ਜੋ ਚੀਜ਼ ਮੰਗੀ ਹੋਵੇ ਉਹ ਮਿਲ ਜਾਂਦੀ ਹੈ। ਸਹੀ ਗੱਲ ਆ, ਹੈ ਨਾ। ਤੁਹਾਨੂੰ ਕਦੋਂ ਪਤਾ ਲੱਗਿਆ ਕਿ ਚਮਕੀਲਾ ਜੀ ਦੀ ਜ਼ਿੰਦਗੀ 'ਤੇ ਫਿਲਮ ਬਣ ਰਹੀ ਹੈ? ਨਹੀਂ, ਸਾਨੂੰ ਤਾਂ ਪਤਾ ਹੀ ਸੀਗਾ ਜਾਂ ਸਾਨੂੰ ਪਹਿਲੀ ਵਾਰ ਆਏ ਨੇ ਸਾਡੇ ਕੋਲ ਵੀ ਅਸੀਂ ਫਿਲਮ ਬਣਾਉਂਦੇ ਹਾਂ ਜੀ। ਅਸੀਂ ਕਿਹਾ ਸਾਨੂੰ ਬੜੀ ਖੁਸ਼ੀ ਆ, ਬਣਾਓ ਤੁਸੀਂ, ਵਧੀਆ। ਤੇ ਤੁਹਾਨੂੰ ਪਤਾ ਹੈ ਦਿਲਜੀਤ ਦੋਸਾਂਝ ਕਿਰਦਾਰ ਨਿਭਾ ਰਹੇ ਨੇ ਚਮਕੀਲਾ ਜੀ ਦਾ। ਠੀਕ ਆ, ਸਾਨੂੰ ਵਧੀਆ ਲੱਗਿਆ ਮੁੰਡਾ। ਅੱਛਾ ਲੱਗਿਆ, ਅੱਛਾ ਤੁਸੀਂ ਪਾਸ ਹੋ ਗਏ ਪਹਿਲੇ ਹੀ, ਹੈ ਨਾ। ਗੁੱਡ। ਤੇ ਮੇਰੀ ਗੱਲ ਸੁਣੋ, ਜਿੱਦਾਂ ਚਮਕੀਲਾ ਜੀ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਚਾਹਾਂਗੇ, ਹੈ ਨਾ, ਅਸੀਂ ਤਾਂ ਉਹਨਾਂ ਨੂੰ ਹਮੇਸ਼ਾ ਸਟੇਜ ਤੇ ਗਾਉਂਦੇ ਹੋਏ ਵੇਖਿਆ, ਬੜੀ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਜਿਉਂਦੀ ਜਾਗਦੀ ਜੀ ਸੀ, ਰੌਣਕਾਂ ਲਾ ਦਿੰਦੀ ਸੀ, ਸਾਰੀ ਦੁਨੀਆ ਅੱਜ ਵੀ ਉਹਨਾਂ ਨੂੰ ਚਾਹੁੰਦੀ ਹੈ। ਬਟ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਕਿਸ ਤਰੀਕੇ ਨਾਲ ਵਿਆਹ ਹੋਇਆ ਔਰ ਵਿਚੋਲਾ ਕੌਣ ਸੀਗਾ? ਵਿਚੋਲਾ ਸੀਗਾ ਮੇਰਾ ਧਾਂਦਰੇ ਤੋਂ ਗੁਰਦਿਆਲ। ਅੱਛਾ, ਔਰ ਫਿਰ ਕਿੱਦਾਂ ਵਿਆਹ ਦੀ ਰਸਮਾਂ ਵਗੈਰਾ ਕਿੱਦਾਂ ਅੱਜ ਵੀ ਯਾਦ ਆਉਂਦਾ ਹੈ ਉਹ ਸਾਰਾ ਕੁਝ? ਰਸਮਾਂ ਸਾਡੀ ਵਧੀਆ ਹੋਈ ਆ, ਤੇ ਦਿਨ ਪਾਏ ਨੇ ਵਿਆਹ ਦੇ। ਅੱਛਾ, ਤੇ ਸੀਗਾ 22 ਮਗਰ ਦਾ ਵਿਆਹ ਸੀ ਮੇਰਾ, ਤੇ ਇਹਨਾਂ ਦੀ ਬਰਾਤ 150 ਬੰਦਾ ਸੀ। ਅੱਛਾ, ਕਿਆ ਬਾਤ ਹੈ। ਬਟ ਮੈਨੂੰ ਜਿੱਥੋਂ ਤੱਕ ਪਤਾ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜਦੋਂ ਬਹੁਤ ਮੁਸ਼ਕਿਲ ਦੌਰ ਸੀਗਾ, ਹੈ ਨਾ। ਤੁਸੀਂ ਬਹੁਤ ਗਰੀਬੀ ਵੀ ਹੰਡਾਈ ਹੈ ਨਾ, ਕੁਝ ਕੁ ਪੈਸਿਆਂ ਲਈ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ ਜਦੋਂ ਉਹ ਵੱਡੇ ਕਲਾਕਾਰ ਨਹੀਂ ਸੀ ਬਣੇ। ਉਹਨਾਂ ਦਿਨਾਂ ਬਾਰੇ ਵੀ ਦੱਸੋ, ਆਹ ਘਰ ਵੀ ਤਾਂ ਕੱਚਾ ਜਿਹਾ ਹੁੰਦਾ ਸੀਗਾ। ਅਸੀਂ ਬਸ ਮੱਝਾਂ ਹੁੰਦੀਆਂ ਸੀ, ਚੱਲ ਕੱਖ ਪੱਠਾ ਲਿਆਉਂਦੇ ਸੀਗੇ ਬਾਹਰੋਂ, ਉਹਨਾਂ ਦੀ ਉਹਨਾਂ ਨੂੰ ਪਾਉਂਦੇ ਸੀ, ਪਾਲਦੇ ਸੀ ਉਹਨਾਂ ਨੂੰ ਜੀ। ਘਰ ਦਾ ਕੰਮ ਸੀਗਾ ਤੇ ਮੇਰਾ ਸਹੁਰਾ ਸੀਗਾ, ਉਹ ਮੱਝਾਂ ਨੂੰ ਬਾਹਰੋਂ ਪੱਠੇ ਲਿਆਉਂਦਾ ਸੀ ਜੀ। ਤੇ ਇਹਦਾ ਡੈਡੀ ਤਾਂ ਉਦੋਂ ਕਾਰਖਾਨੇ ਕੰਮ ਕਰਦਾ ਸੀ। ਹਾਂਜੀ ਹਾਂਜੀ ਜੀ। ਤੇ ਅੱਜ ਕੱਲ ਤਾਂ ਜਿੱਦਾਂ ਆਪਾਂ ਦੇਖਦੇ ਆ ਮੋਬਾਈਲ ਫੋਨ ਦੇ ਵਿੱਚ ਐਂਦਾ ਵੀਡੀਓ, ਹੈ ਨਾ, ਮਿੰਟ 'ਚ ਪਤਾ ਲੱਗ ਜਾਂਦਾ ਹੈ। ਸਹੀ ਗੱਲ ਆ। ਜਦੋਂ ਉਹ ਸਟਾਰ ਬਣੇ ਵੱਡੇ, ਜਦੋਂ ਨਾਮ ਹੋ ਗਿਆ, ਤੁਹਾਨੂੰ ਕਦੋਂ ਮਤਲਬ ਲੋਕਾਂ ਤੋਂ ਸੁਣਨ ਨੂੰ ਮਿਲਣ ਲੱਗ ਗਿਆ ਕਿ ਹਾਂ ਬਈ ਤੁਹਾਡਾ ਘਰ ਵਾਲਾ ਤਾਂ ਬਹੁਤ ਉੱਚੇ ਮੁਕਾਮ ਤੇ ਪੁੱਜ ਗਿਆ? ਨਹੀਂ, ਸਾਨੂੰ ਪਤਾ ਲੱਗ ਗਿਆ ਸੀ, ਮੇਰੇ ਡੈਡੀ ਕੋਲ ਗੱਲਾਂ ਕਰਦਾ ਹੁੰਦਾ ਸੀ। ਅੱਛਾ, ਬਈ ਜੇ ਚਾਚਾ ਮੇਰੀ ਗੁੱਡੀ ਚੜ ਗਈ, ਮੈਂ ਕੰਧਾਂ ਸੋਨੇ ਦੀਆਂ ਕਰ ਦੂੰ। ਕਿਆ ਬਾਤ ਹੈ, ਹੋ ਹੀ ਜਾਣੀਆਂ ਸੀ ਕੰਧਾਂ ਸੋਨੇ ਦੀਆਂ ਜੀ, ਜੇ ਕੋਈ ਸਾਡੇ ਮਗਰ ਬੈਰੀ ਨਾ ਪੈਂਦੇ ਜੀ, ਹੋ ਜਾਣੀਆਂ ਸੀ। ਜੇ ਕਮਾਇਆ ਸੀ ਇੰਨਾ, ਉਹਨੂੰ ਖਾਣ ਦਾ ਹੁਕਮ ਨਹੀਂ ਹੋਇਆ ਜੀ। ਕਿੱਦਾਂ ਦੇ ਇਨਸਾਨ ਸੀਗੇ? ਮਿਹਨਤ ਕਰਦੇ ਸੀ, ਹੈ ਨਾ, ਪੈਸਾ ਕਮਾਉਂਦੇ ਸੀ, ਸਟਾਰ ਸੀ ਸਾਰਿਆਂ ਵਾਸਤੇ, ਸਾਡੇ ਲਈ ਅੱਜ ਵੀ ਲੈਜੈਂਡ ਨੇ, ਪਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਇਨਸਾਨ ਕਿਹੋ ਜਿਹੇ ਸੀਗੇ।
ਨਹੀਂ ਵਧੀਆ ਸੀ ਸੁਭਾਅ ਪੁੱਤ। ਅੱਛਾ, ਬਹੁਤ ਵਧੀਆ ਸੀ, ਕੋਈ ਇਹੋ ਜਿਹੀ ਨਹੀਂ ਸੀ, ਬਾਹਰ ਜਿਵੇਂ ਮਰਜ਼ੀ ਹੋਵੇ ਘਰੇ ਆ ਕੇ ਨਹੀਂ ਸੀ ਬੋਲੀ। ਅੱਛਾ, ਵਧੀਆ ਸੀ, ਬਹੁਤ ਵਧੀਆ। ਬੱਚਿਆਂ ਨਾਲ ਕਿਹੋ ਜਿਹੇ ਸੀ ਬੱਚੇ? ਮੇਰੇ ਉਦੋਂ ਛੋਟੇ ਸੀ ਬਹੁਤ, ਤੇ ਉਹ ਜਿਹੜੀ ਮੇਰੀ ਬੇਟੀ ਆ ਉਹ 7-8-9 ਮਹੀਨਿਆਂ ਦੀ ਸੀ। ਅੱਛਾ ਜੀ, ਇਹ ਸੀਗੀ 3-2.5 ਸਾਲ ਦੀ। ਓਕੇ ਜੀ, ਛੋਟੇ ਸੀ ਬੱਚੇ, ਛੋਟੇ ਸੀ। ਤੇ ਮੈਂ ਸੁਣਿਆ ਬਈ ਉਹਨਾਂ ਨੇ ਲਾਗੇ ਜ਼ਮੀਨ ਲੈ ਰੱਖੀ ਸੀ। ਹਾਂ, ਰੱਖੀ ਸੀ। ਹੈ ਔਰ ਹੋਰ ਜ਼ਮੀਨ ਵੀ ਲੈਣਾ ਚਾਹੁੰਦੇ ਸੀ ਤੁਹਾਡੇ ਨਾਂ ਤੇ, ਬਿਆਨ ਨਾ ਕਰਵਾ ਕੇ ਤੁਹਾਨੂੰ ਬਾਹਰਲੇ ਮੁਲਕ ਕੈਨੇਡਾ ਚ ਸੈਟਲ ਕਰਵਾਉਣਾ ਚਾਹੁੰਦੇ ਸੀ। ਹਾਂ, ਉਹ ਵੀ ਕਹਦੇ ਸੀਗੇ ਬਈ ਗਰਮੇਲੋ ਦਾ ਪਾਸ ਬਣਾ ਕੇ ਇਹਨੂੰ ਬਾਹਰ ਕੈਨੇਡਾ ਛੱਡੇ ਆਉਣਾ। ਅੱਛਾ, ਹਾਂ ਤੇ ਤੁਸੀਂ ਜਾਣਾ ਚਾਹੁੰਦੇ ਸੀ? ਉਹਨੂੰ ਜ਼ਿੰਦਗੀ ਥੋੜੀ ਦਿੱਤੀ ਹੈ, ਮੈਂ ਕਿੱਥੋਂ ਜਾਣਾ ਸੀ ਫਿਰ। ਜਦੋਂ ਅਸੀਂ ਅੰਦਰ ਐਂਟਰ ਕਰ ਰਹੇ ਸੀ ਪਿੰਡ ਦੇ, ਹੈ ਨਾ, ਤੇ ਕਿਉਂਕਿ ਅਸੀਂ ਉਹਨਾਂ ਨੂੰ ਦੇਖਿਆ ਸੁਣਿਆ ਜਿੱਦਾਂ ਵੀ, ਹੈ ਨਾ, ਗੱਲਾਂ ਬਾਤਾਂ ਦੇ ਜ਼ਰੀਏ ਜਾਂ ਕਿਸੇ ਤੋਂ ਵੀ ਜਦੋਂ ਮੌਕਾ ਮਿਲਦਾ ਜ਼ਰੂਰ ਸੁਣਦੇ ਹਾਂ, ਮੈਂ ਇਮੈਜਿਨ ਕਰ ਰਹੀ ਸੀ ਬਈ ਇਸ ਗਲੀ ਚੋਂ ਨਿਕਲਦੇ ਹੋਵੋਗੇ ਜਾਂ ਉਧਰੋਂ ਆਉਂਦੇ ਹੋਣਗੇ ਜਾਂ ਕਿਸ ਤਰੀਕੇ ਨਾਲ ਲੋਕੀ ਉਹਨਾਂ ਨੂੰ ਉਸ ਟਾਈਮ ਤੇ ਅਟੈਂਡ ਕਰਦੇ ਹੋਣਗੇ। ਤੁਸੀਂ ਦੱਸੋ ਨਾ ਮਾੜਾ ਜਿਹਾ, ਜਦੋਂ ਸਟਾਰ ਬਣ ਕੇ ਪਿੰਡ ਵਿੱਚ ਆਉਂਦੇ ਸੀ, ਪਿੰਡ ਦੇ ਲੋਕਾਂ ਦਾ ਕਿਹੋ ਜਿਹਾ, ਆਈ ਮੀਨ ਰਿਐਕਸ਼ਨ? ਬਹੁਤ ਵਧੀਆ ਸੁਭਾਅ ਸੀ, ਆਏ ਭੈਣ ਮਿਲਦੇ ਸੀ, ਜਿਹੜੇ ਹਾਣੀ ਸੀਗੇ ਦੋਸਤ ਜੀ, ਇੱਧਰ ਨੂੰ ਜਾਂਦੇ ਸੀ ਆਏ ਨੂੰ। ਅੱਛਾ, ਗੁਰਦੁਆਰੇ ਬਣੀ ਨੂੰ ਇੱਧਰ ਨੂੰ ਤਾਂ ਘੱਟ ਜਾਂਦੇ, ਜਦ ਜਾਂਦੇ ਜਦ ਸਾਡੀ ਗੱਡੀ ਸੀ ਇੱਧਰ ਨੂੰ ਵਾਲਾ ਜਾਂਦੀ ਸੀ। ਜਦੋਂ ਉਹਨਾਂ ਦਾ ਨਾਮ ਬਣ ਗਿਆ ਸੀ, ਹੈ ਨਾ, ਅਸੀਂ ਦੇਖਿਆ ਕਿ ਖਾੜਕੂਵਾਦ ਦਾ ਜ਼ਮਾਨਾ ਸੀ, ਸੋ ਜੋ ਵੀ ਉਹਨਾਂ ਨੂੰ ਧਮਕੀਆਂ ਮਿਲਣੀਆਂ ਜਾਂ ਉਹਨਾਂ ਨੂੰ ਪਰੇਸ਼ਾਨ ਕਰਨਾ, ਉਹਦਾ ਪ੍ਰਭਾਵ ਤੁਹਾਡੇ ਤੇ ਵੀ ਪੈਂਦਾ ਹੋਏਗਾ ਪਰਿਵਾਰ ਤੇ? ਇਹ ਜਦ ਕਹਿੰਦਾ ਮੈਂ ਇੱਥੇ ਦੁੱਗਰੀ ਸੀਗੀ ਪੁੱਤ ਜੀ, ਉਦੋਂ ਮੇਰੇ ਕੋਲੇ ਇੱਕ ਚਿੱਠੀ ਆਈ ਆ। ਅੱਛਾ, ਜਦ ਇਹਨਾਂ ਦਾ ਡੈਡੀ ਆਇਆ, ਮੈਂ ਕਿਹਾ ਵੀ ਆਹ ਕੋਈ ਚਿੱਠੀ ਦੇ ਕੇ ਗਿਆ ਵਾ, ਵੀ ਤੁਸੀਂ ਦੇਖ ਲਓ ਕਿਹਦੀ ਆ। ਜਦ ਉਹਨੇ ਪੜ੍ਹੀ, ਕਹਿੰਦਾ ਗਰਮੇਲੋ ਤਾਂ ਮੇਰੇ ਦੋਸਤ ਦੀ ਆ। ਅੱਛਾ, ਹਾਂ ਠੀਕ ਹੈ। ਤੇ ਬਾਅਦ ਵਿੱਚ ਉਹਨਾਂ ਦੇ ਦੋਸਤ ਵਗੈਰਾ ਮਿਲਦੇ ਰਹੇ ਤੁਹਾਨੂੰ? ਨਹੀਂ ਪੁੱਤਾ, ਨਹੀਂ। ਜ਼ਿੰਦਗੀ ਕਿਸ ਤਰ੍ਹਾਂ ਬਦਲ ਗਈ ਤੁਹਾਡੀ? ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਇੱਕ ਹਾਦਸਾ ਹੁੰਦਾ, ਇੱਕ ਸ਼ਾਮ ਇੰਨੇ ਮਤਲਬ ਕਾਲੇ ਅੱਖਰਾਂ ਚ ਲਿਖੀ ਜਾਂਦੀ ਹੈ ਜਦੋਂ ਉਹਨਾਂ ਦਾ ਕਤਲ ਹੁੰਦਾ, ਉਹਨਾਂ ਨੂੰ ਮਾਰਿਆ ਜਾਂਦਾ ਹੈ, ਤੇ ਉਹ ਕਿਉਂਕਿ ਫਿਲਮ ਦੇ ਵਿੱਚ ਵੀ ਵਿਖਾਇਆ ਜਾਏਗਾ, ਹੈ ਨਾ? ਹਾਂ, ਜਾਊਗਾ ਦਿਖਾਇਆ। ਤੇ ਉਹ ਇੱਕ ਪਤਨੀ ਲਈ, ਇੱਕ ਦੋ ਬੱਚਿਆਂ ਦੀ ਮਾਂ ਲਈ ਕਿਹੋ ਜਿਹਾ ਸਮਾਂ ਸੀਗਾ? ਨਹੀਂ, ਬਹੁਤ ਵਧੀਆ ਸੀ ਪੁੱਤ, ਸਾਰਿਆਂ ਨਾਲ ਤਿਉਹ ਪ੍ਰੇਮ ਕਰਦਾ ਸੀ ਜੀ। ਹਾਂ, ਮੇਰੇ ਬੱਚਿਆਂ ਨੂੰ ਕੱਪੜੇ ਲਿਆ ਕੇ ਦਿੰਦਾ ਸੀ, ਫਿਰ ਇਹ ਸਕੂਲ ਵੀ ਲਾਈ ਆ ਅਮਨ। ਹਾਂ, ਮਾਫ ਕਰਨਾ ਪਰ ਇੱਕ ਜ਼ਰੂਰ ਗੱਲ ਪੁੱਛਣੀ ਚਾਹਾਂਗੀ, ਮੈਂ ਦੇਖ ਰਹੀ ਹਾਂ ਇੱਥੇ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਅਮਰਜੋਤ ਚਮਕੀਲਾ ਜੀ ਦੇ ਨਾਲ, ਅਮਰਜੀਤ ਜੀ ਦੀਆਂ, ਹੈ ਨਾ। ਸੋ ਇੱਕ ਸਮਾਂ ਉਹ ਵੀ ਹੋਏਗਾ ਕਿਉਂਕਿ ਸਾਡਾ ਸਮਾਜ ਕਿਤੇ ਨਾ ਕਿਤੇ ਸਵਾਲ ਖੜੇ ਕਰ ਦਿੰਦਾ, ਸੋ ਜਦੋਂ ਇਹਨਾਂ ਦੀ ਜੋੜੀ ਹਿੱਟ ਹੋਈ ਹੈ, ਜਦੋਂ ਜੋੜੀ ਦੇ ਚਰਚੇ ਸ਼ੁਰੂ ਹੋਏ ਨੇ, ਸੋ ਕੀ ਤੁਹਾਨੂੰ ਵੀ ਸਮਾਜਿਕ ਤੌਰ ਤੇ ਕਿਤੇ ਨਾ ਕਿਤੇ ਸਵਾਲ ਕੀਤੇ ਜਾਂਦੇ ਸੀਗੇ ਕਾਦੀ ਕਿ ਇਹਨਾਂ ਦੀ ਜੋੜੀ ਹਿੱਟ ਹੋ ਗਈ ਹੈ ਜਾਂ ਇਹ ਇਕੱਠੇ ਗਾਉਂਦੇ ਨੇ? ਮੈਨੂੰ ਕੋਈ ਨਹੀਂ ਸੀ ਪਤਾ ਜੀ, ਕੋਈ ਇਤਰਾਜ਼ ਨਹੀਂ ਸੀ ਮੈਨੂੰ, ਨਹੀਂ ਸੀ। ਜਦ ਸਾਨੂੰ ਦੋਨਾਂ ਨੂੰ ਇੱਕੋ ਜਿਹੀਆਂ ਚੀਜ਼ਾਂ ਲਿਆ ਕੇ ਦੇਣੀਆਂ, ਜਾਣੀ ਸਾਹਮਣੇ ਸਾਨੂੰ ਦੋਨਾਂ ਨੂੰ ਇੱਕੋ ਜਿਹਾ ਬਰੋਬਰ ਰੱਖਣਾ। ਤੁਸੀਂ ਖੁਸ਼ ਸੀ? ਖੁਸ਼ੀ ਸੀਗੇ ਜਦ ਮੇਰਾ ਬੰਦਾ ਖੁਸ਼ ਸੀ। ਠੀਕ ਹੈ, ਸਿੱਧੀਆਂ ਗੱਲਾਂ ਕਰਦੇ ਨੇਗੇ, ਹੈ ਨਾ। ਪਰ ਨਹੀਂ, ਮੈਨੂੰ ਮੈਂ ਬਹੁਤ ਮਤਲਬ ਮੈਨੂੰ ਹੈਰਾਨਗੀ ਵੀ ਹੋਈ, ਔਰ ਕਿਉਂਕਿ ਅਸੀਂ ਸਮਾਜ ਜਿਸ ਸਮਾਜ 'ਚ ਅਸੀਂ ਰਹਿੰਦੇ ਹਾਂ, ਹੈ ਨਾ, ਇੱਥੇ ਬਹੁਤ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ। ਪਰ ਅੱਜ ਵੀ ਵਧੀਆ ਲੱਗਦਾ ਜਦੋਂ ਚਮਕੀਲਾ ਜੀ ਦੀ ਗੱਲ ਆਉਂਦੀ ਹੈ, ਸਾਰੇ ਕਹਿੰਦੇ ਵੀ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਉੱਥੇ ਰਹਿੰਦੀ ਹੈ, ਡੁੱਗਰੀ ਉਹਨਾਂ ਦੀ, ਹੈ ਨਾ, ਪਹਿਲੀ ਵੋਟੀ ਉੱਥੇ ਰਹਿੰਦੀ। ਵਧੀਆ ਲੱਗਦਾ ਕਿ ਲੋਕਾਂ ਨੇ ਸਮਾਜ ਦੇ ਵਿੱਚ ਤੁਹਾਨੂੰ ਉਹ ਜਗ੍ਹਾ ਹਜੇ ਵੀ ਰਿਸਪੈਕਟ ਦਿੱਤੀ ਹੋਈ ਹੈ। ਤੇ ਇੱਕ ਫਿਲਮ ਦੇ ਵਿੱਚ ਸੀਨ ਵਿਖਾਇਆ ਜਾਏਗਾ, ਕਿਉਂਕਿ ਤੁਹਾਡੇ ਤੋਂ ਪਹਿਲਾਂ ਜਿਹੜਾ ਤੁਹਾਡਾ ਕਿਰਦਾਰ ਨਿਭਾ ਰਹੇ ਨੇ ਨਾ ਕੁਲ ਸਿੱਧੂ ਜੀ, ਮੈਂ ਉਹਨਾਂ ਦੇ ਇੰਟਰਵਿਊ ਕਰਕੇ ਆਈ ਹਾਂ ਚਮਕੀਲਾ ਫਿਲਮ ਦੇ ਵਿੱਚ, ਜਿਹੜਾ ਤੁਹਾਡਾ ਕਿਰਦਾਰ ਨਿਭਾ ਰਹੇ ਨੇ। ਅੱਛਾ ਅੱਛਾ, ਠੀਕ ਹੈ, ਹੈ ਨਾ। ਤੇ ਉਹਨਾਂ ਨੇ ਮੈਨੂੰ ਦੱਸਿਆ ਸੀ, ਕਹਿੰਦੇ ਉਹ ਸੀਨ ਵੀ ਫਿਲਮਾਇਆ ਜਾਏਗਾ ਜਦੋਂ ਉਹਨਾਂ ਨੂੰ ਗੋਲੀਆਂ ਮਾਰੀਆਂ, ਹੈ ਨਾ। ਤੁਹਾਨੂੰ ਲੈ ਕੇ ਗਏ ਸੀ ਕਿ ਉੱਥੇ? ਅਸੀਂ ਜਾ ਕੇ ਆਏ ਹਾਂ ਉੱਥੇ, ਸਾਨੂੰ ਬੁਲਾਇਆ ਸੀ। ਨਹੀਂ, ਜਦੋਂ ਉਹ ਹੋਇਆ? ਨਹੀਂ ਨਹੀਂ ਨਹੀਂ, ਉਦੋਂ ਅਸੀਂ ਜ਼ਮੀਨ 'ਚ ਸੀ। ਅੱਛਾ, ਸਾਨੂੰ ਤਾਂ ਜ਼ਮੀਨ ਦੇ ਵਿੱਚੋਂ ਇੱਥੇ ਦਫ਼ਤਰ ਉਹ ਜਿਹੜੇ ਮੁੰਡੇ ਨਾਲ ਸੀ ਜੀ, ਉਹ ਸਾਨੂੰ ਦੱਸ ਕੇ ਆਏ ਨੇ ਜੀ। ਤੇ ਤੁਸੀਂ, ਤੁਹਾਨੂੰ ਜਦੋਂ ਪਤਾ ਲੱਗਿਆ, ਤੁਸੀਂ ਅੰਤਿਮ ਦਰਸ਼ਨ ਲਈ ਗਏ? ਅਸੀਂ ਜਦ ਸਾਨੂੰ ਪਤਾ ਲੱਗਿਆ ਬਈ ਅਮਰਜੋਤ ਤੇ ਚਮਕੀਲਾ ਥਾਂ ਹੀ ਰਹਿ ਗਈ, ਉੱਥੇ ਸਾਨੂੰ ਤਾਂ ਠੰਡੀਆਂ ਤੌਣੀਆਂ ਆਉਣ ਲੱਗ ਗਈਆਂ, ਸਾਨੂੰ ਨੀ ਪਤਾ ਕੀ ਹੋ ਗਿਆ ਜੀ। ਮੈਂ ਤਾਂ ਉੱਥੇ ਹੀ ਡਿਊਟੀ, ਜਿਹੜੀ ਮੇਰੀ ਛੋਟੀ ਸੀਗੀ ਬੇਟੀ ਉਹ ਮੇਰੇ ਗੋਦੀ ਸੀ, ਮਤਲਬ ਉੱਥੇ ਡਿੱਗੀ ਪਈ।
ਮਤਲਬ ਡਿੱਗ ਪਈ। ਮੇਰਾ ਪਤਾ ਨਹੀਂ ਮੈਨੂੰ ਇੱਕਦਮ ਕੀ ਹੋ ਗਿਆ ਜੀ, ਠੰਡੀਆਂ ਤੌਣੀਆਂ, ਕਿਉਂਕਿ ਇਹੋ ਜਿਹਾ ਦੇਖਿਆ ਨਹੀਂ ਸੀ ਕੁਛ ਵੀ। ਮੈਂ ਉਹਨਾਂ ਨੂੰ ਕਰਦੀ ਹਾਂ ਵੀ ਕੋਲੋਂ ਹੀ ਆਏ ਹਾਂ ਕਿ ਸੁਣ ਕੇ ਆ ਗਏ ਅੱਗੇ ਵੀ, ਮੈਂ ਕਿਹਾ ਝੂਠੀ ਗੱਲ ਨਿਕਲ ਗਈ ਸੀ ਜੀ। ਕਹਿੰਦੇ ਨਹੀਂ, ਬਟ ਹੁਣ ਮੈਂ ਇਹ ਸਵਾਲ ਮੇਰਾ ਇੱਕ ਮਾਂ ਤੋਂ ਹੈ ਜਿਹੜੀ ਇੱਕ ਬਹੁਤ ਵੱਡੇ ਕਲਾਕਾਰ ਦੀ ਪਤਨੀ ਰਹਿ ਚੁੱਕੀ ਹੈ, ਹੈ ਨਾ। ਇੱਕਦਮ ਜਦੋਂ ਇਨਸਾਨ ਬੰਦੇ ਦਾ ਹੱਥ ਸਿਰ ਤੋਂ ਉੱਠਦਾ ਹੈ ਨਾ, ਘਰ ਵਾਲੇ ਦਾ ਜ਼ਿੰਦਗੀ ਬਦਲਦੀ ਹੈ। ਤੁਹਾਡੇ ਕੋਲ ਦੋ ਬੇਟੀਆਂ ਸੀ, ਜ਼ਿੰਦਗੀ ਕਿਸ ਤਰ੍ਹਾਂ ਬਦਲੀ ਰਾਤੋ ਰਾਤ? ਰਾਤੋ ਰਾਤ ਪੁੱਤ, ਹੁਣ ਮਹਾਰਾਜ ਦਾ ਭਾਣਾ ਮੰਨਣਾ ਪੈਣਾ ਸੀ ਜੀ। ਉਹ ਜੋ ਜਿਵੇਂ ਸਾਨੂੰ ਹੋਇਆ ਉਵੇਂ ਮੈਨੂੰ ਕੱਟਣਾ ਪੈਣਾ ਸੀ। ਹੁਣ ਮੈਂ ਉੱਥੇ ਕੀ ਕਰਦੀ, ਕੁੜੀਆਂ ਮੈਂ ਇਸ ਘਰੇ ਰਹਿ ਕੇ ਮੈਂ ਆਪਦੀਆਂ ਪਾਲੀਆਂ ਨੇ, ਪੜ੍ਹਾਈਆਂ ਨੇ, ਇਹ ਮੈਂ ਨਾਨਕਿਆਂ ਕੋਲੇ ਛੱਡਤੀਆਂ ਕੁੜੀਆਂ। ਅੱਛਾ ਜੀ, ਹਾਂ। ਫਿਰ ਤੁਸੀਂ ਉਹ ਵਕਤ ਕੱਢਿਆ ਜਦੋਂ ਇੱਕ ਪਾਸੇ ਤੁਸੀਂ ਤੰਗੀ ਵੀ ਝੱਲੀ ਹੋਊਗੀ, ਤੁਸੀਂ ਪਰੇਸ਼ਾਨੀਆਂ ਵੀ ਝੱਲੀਆਂ ਹੋਣਗੀਆਂ, ਜਿਸ ਔਰਤ ਦਾ ਸਮਾਜ ਦੇ ਵਿੱਚ ਪਤੀ ਨਹੀਂ ਰਿਹਾ, ਤੇ ਮੈਨੂੰ ਲੱਗਦਾ ਇੱਕ ਹਿਸਾਬ ਦੇ ਨਾਲ ਜ਼ਿੰਦਗੀ ਕਿਤੇ ਨਾ ਕਿਤੇ ਰੁਕ ਜਾਂਦੀ ਹੈ। ਮੈਂ ਕਹਿੰਦੀ ਹਾਂ ਬਹੁਤ ਔਖਾ ਟਾਈਮ ਕੱਢਿਆ ਮੈਂ, ਬਹੁਤ ਔਖਾ, ਕਦੇ ਕੁਛ ਕਰਨਾ, ਕਦੇ ਆਲੂ ਪੱਟਣ ਜਾਣਾ, ਕਦੇ ਕੁਛ ਕਰਨਾ, ਕਦੇ ਆਹ ਤਬੇਲਿਆਂ ਦੇ ਵਿੱਚ ਪੱਠੇ ਸਿੱਟਣੇ। 5 ਰੁਪਈਏ ਗੜੀ ਸੀ ਉਦੋਂ ਭਰੀ ਜੀ, 5 ਰੁਪਈਏ। ਮੈਂ ਬਹੁਤ ਔਖਾ ਟਾਈਮ ਕੱਢਿਆ। ਪਰ ਏਦਾਂ ਵੀ ਤਾਂ ਹੁੰਦਾ ਹੋਊਗਾ ਜਦੋਂ ਤੁਸੀਂ ਬਾਹਰ ਜਾਂਦੇ ਹੋਵੋਗੇ ਤੇ ਲੋਕੀ ਇੱਕ ਪਾਸੇ ਕਹਿੰਦੇ ਹੋਣਗੇ ਆ ਇਹ ਤਾਂ ਚਮਕੀਲਾ ਜੀ ਦੀ ਵੋਟੀ ਹੈਗੀ ਹੈ, ਹਾਂਜੀ, ਹੈ ਨਾ, ਕਿਉਂਕਿ ਨਾਮ ਇੰਨਾ ਵੱਡਾ ਬਣਾਇਆ ਹੋਇਆ ਸੀ। ਕੋਈ ਮਦਦ ਲਈ ਆਇਆ ਉਸ ਵੇਲੇ? ਉਦੋਂ ਫਿਰ ਇੰਨਾ ਹੈ ਨਹੀਂ ਸੀ ਸਾਡਾ ਨਾਂ, ਜਾਂ ਸਾਡੇ ਤੇ ਇਹ ਦਿਨ ਸੀਗੇ, ਨਹੀਂ ਉਦੋਂ ਨਹੀਂ ਸੀਗੇ। ਪਰ ਮੈਂ ਸੁਣ ਰਹੀ ਸੀ ਕਹਿੰਦੇ ਵੀ 8 ਮਾਰਚ ਨੂੰ ਉਹਨਾਂ ਨੂੰ ਉਹਨਾਂ ਦਾ ਕਤਲ ਹੋਇਆ ਹੈ ਨਾ, ਤੇ 7 ਮਾਰਚ ਨੂੰ ਉਹ ਨਾਲ ਸੀ ਮਿਲ ਕੇ ਗਏ ਨੇ? ਨਹੀਂ, ਸਾਨੂੰ ਉਹ ਮਿਲ ਕੇ ਗਏ ਨੇ 2 ਦਿਨ ਪਹਿਲਾਂ। ਅੱਛਾ, 2 ਦਿਨ ਪਹਿਲਾਂ। 2 ਦਿਨ ਪਹਿਲਾਂ ਸਾਡੇ ਜ਼ਮੀਨ 'ਚ ਗਏ ਨੇ। ਅੱਛਾ, ਜਦ ਗਏ ਨੇ ਤੇ ਮੈਂ ਰੋਟੀ ਲਾਉਂਦੀ ਸੀ, ਇਹ ਅਮਰਜੋਤ ਸਬਜ਼ੀ ਕੱਟਦੀ ਸੀ। ਅੱਛਾ, ਜਦ ਮੈਂ ਰੋਟੀ ਲਾਉਂਦੀ ਸੀ ਮੀਂਹ ਵੀ ਬਹੁਤ ਪੈਂਦਾ ਸੀ, ਉਹ ਕਹਿੰਦੀ ਤੂੰ ਭੈਣ ਜੀ ਬਾਹਰ ਨੂੰ ਚੱਕੀ ਜਾਂਦੀ ਆ, ਬਾਹਰ ਕੀ ਆ? ਮੈਂ ਉਹਨੂੰ ਦੱਸਿਆ ਨੀ ਬਈ ਇਹਦੇ ਡੈਡੀ ਦਾ ਮੂੰਹ ਮੈਨੂੰ ਕਾਲਾ ਲੱਗਦਾ। ਅੱਛਾ, ਵੀ ਮੂੰਹ ਮੈਨੂੰ ਕਿਉਂ ਕਾਲਾ ਲੱਗਦਾ ਇੰਨਾ? ਜਿਹੜੀ ਰੂਹ ਦੇ ਵਿੱਚ ਮੈਨੂੰ ਜ਼ਮੀਨ 'ਚ ਦਿਖਾਇਆ ਆ ਆਪਦਾ ਚਿਹਰਾ, ਦੂਏ ਦਿਨ ਆ ਕੇ ਮੈਂ ਉਹੀ ਕੋਠੀ 'ਚ ਉਹ ਜਿਹੀ ਦੇਖ ਲਿਆ, ਚਿਹਰਾ ਮੈਨੂੰ ਪਹਿਲਾਂ ਦਿਖਾਈ ਦੇ ਗਿਆ। ਤੁਹਾਨੂੰ ਅਹਿਸਾਸ ਹੋਣ ਲੱਗ ਗਿਆ ਸੀ? ਮੇਰੇ ਸਹੁਰੇ ਨੂੰ ਪੁੱਛਿਆ, ਮੈਂ ਕਿਹਾ ਡੈਡੀ ਵੀ ਦੇ ਲਾ ਅਮਨਦੀਪ ਦੇ ਡੈਡੀ ਦਾ, ਤੈਨੂੰ ਵੀ ਉਹਦਾ ਵੀ ਮੂੰਹ ਕਾਲਾ ਲੱਗਿਆ? ਕਹਿੰਦਾ ਭਾਈ ਨਹੀਂ। ਮੈਂ ਕਿਹਾ ਮੈਨੂੰ ਤਾਂ ਲੱਗਿਆ। ਪਹਿਲਾਂ 4 ਦਿਨ ਦਿਖਾਈ ਦੇ, ਪਤਾ ਲੱਗ ਗਿਆ ਸੀ। ਮੈਂ ਸਮਝਦੀ ਹਾਂ, ਮੈਂ ਬਿਲਕੁਲ ਸਮਝਦੀ ਹਾਂ। ਪਰ ਮੈਂ ਥੋੜਾ ਜਿਹਾ ਤੁਹਾਡੇ ਕੋਲੋਂ ਹੋਰ ਜਾਣਨਾ ਚਾਹਾਂਗੀ। ਮੈਂ ਤਾਂ ਕਹਿੰਦਾ ਉਹਨੂੰ ਭੁੱਖੀ ਦੇਖ ਕੇ ਰੱਜ ਜਾਂਦੀ ਸੀ। ਮੈਂ ਕਹੀ ਸੀ ਮੇਰਾ ਘਰ ਵਾਲੇ ਦਾ ਇੱਡਾ ਵੱਡਾ ਨਾਂ ਆ, ਮੈਨੂੰ ਕਾਸੇ ਦੀ ਪਰਵਾਹ ਨਹੀਂ ਗੀ। ਉਹਨਾਂ ਨੇ ਬਹੁਤ ਮਿਹਨਤ ਕੀਤੀ। ਹਾਂ, ਬਹੁਤ ਜ਼ਿਆਦਾ, ਹੈ ਨਾ, ਬਹੁਤ ਜ਼ਿਆਦਾ, ਬਹੁਤ। ਉਹਨਾਂ ਨੇ ਕਦੀ ਆਪਣੇ ਸੁਪਨੇ ਤੁਹਾਡੇ ਨਾਲ ਸਾਂਝੇ ਕੀਤੇ ਬਈ ਗਾਇਕੀ ਤਾਂ ਹੈ ਪਰ ਮੈਂ ਇਹ ਜ਼ਿੰਦਗੀ ਦੇ ਵਿੱਚ ਚਾਹੁੰਦਾ? ਸੁਪਨੇ ਕਦੀ ਆਪਣੇ ਜਜ਼ਬਾਤ ਰੱਖਦੇ ਸੀ ਤੁਹਾਡੇ ਅੱਗੇ ਬਈ ਇਹ ਮੈਂ ਕਰਨਾ ਚਾਹੁੰਦਾ ਜ਼ਿੰਦਗੀ ਚ, ਆਹ ਚੀਜ਼ਾਂ ਦੀ ਮੇਰੀ ਖੁਆਇਸ਼ ਹੈ? ਨਹੀਂ, ਪਹਿਲਾਂ ਤਾਂ ਉਹਨਾਂ ਨੂੰ ਕੋਈ ਨਹੀਂ ਸੀਗਾ ਗੌਣ ਵਜਾਉਣ ਦਾ ਜੀ। ਉਹ ਜਦ ਸਾਡਾ ਵਿਆਹ ਹੋਇਆ ਉਦੋਂ ਉਹ ਡਰਾਮੇ ਕਰਦਾ ਸੀ। ਅੱਛਾ ਜੀ, ਡਰਾਮਿਆਂ ਦੇ ਵਿੱਚ ਇੱਕਣੇ ਹੀ ਬਸ ਉਹਨੂੰ ਰੋਟੀਆਂ ਬੰਨ ਦੇਣੀਆਂ, ਵੀ ਗਰਮੇਲੇ ਰੋਟੀਆਂ ਬੰਨ ਦਿਓ ਡੱਬੇ 'ਚ ਪਾ ਦਿਓ, ਅਤੇ ਜਾ ਕੇ ਸਿੰਦੇ ਕੋਲ ਰਹਿਸਲ ਕਰਨ ਲੱਗ ਜਾਂਦਾ ਸੀ। ਸਿੰਦਰ ਸਿੰਦੇ ਕੋਲ ਗਰਮੇਲੋ ਕਹਿੰਦੇ ਸੀ ਤੁਹਾਨੂੰ? ਆਹੋ। ਅੱਛਾ, ਕੋਈ ਇਹੋ ਜਿਹੀ ਗੱਲ ਹੈ ਜੋ ਜਦੋਂ ਮਨ ਭਰਦਾ ਤੁਹਾਡਾ, ਜਦੋਂ ਤੁਸੀਂ ਅੱਛਾ ਮਹਿਸੂਸ ਨਹੀਂ ਕਰਦੇ, ਹੈ ਨਾ, ਤੇ ਤੁਹਾਨੂੰ ਉਹਨਾਂ ਦੀ ਉਹ ਕਈ ਗੱਲ ਹਿੰਮਤ ਦਿੰਦੀ ਹੈ, ਕਿਉਂਕਿ ਅਸੀਂ ਆਮ ਤੌਰ ਤੇ ਸੁਣਦੇ ਹਾਂ ਕਿ ਬੜੇ ਹਿੰਮਤੀ ਸੀਗੇ, ਹਿੰਮਤ ਬਹੁਤ ਰੱਖਦੇ ਸੀ ਜ਼ਿੰਦਗੀ ਚ ਅੱਗੇ ਵਧਣ ਦੀ।
ਕੋਈ ਉਹ ਉਹਨਾਂ ਦੀਆਂ ਇਹੋ ਜਿਹੀ ਗੱਲਾਂ ਯਾਦ ਆਉਂਦੀਆਂ? ਕਦੇ ਤੁਸੀਂ ਪਰੇਸ਼ਾਨ ਹੁੰਦੇ ਹੋਵੋ, ਕਦੇ ਦੁਖੀ ਹੁੰਦੇ ਹੋਵੋ, ਤੁਹਾਨੂੰ ਸਮਝਾਉਂਦੇ ਹੋਣ ਤੇ ਉਹਨਾਂ ਦੀ ਉਹ ਗੱਲ ਜ਼ਿੰਦਗੀ ਦੇ ਵਿੱਚ ਤੁਹਾਨੂੰ ਹੌਸਲਾ ਦਿੰਦੀ ਹੋਵੇ? ਅੱਜ ਤਾਂ ਮੇਰਾ ਹੌਸਲਾ ਹੀ ਆ ਵੀ ਜਦ ਬੰਦੇ ਨੇ ਬਾਹਰੋਂ ਕਮਾ ਕੇ ਲਿਆਉਣਾ, ਉਹਨੇ ਲਿਆ ਕੇ ਲੱਕ ਨੂੰ ਬੰਨ ਕੇ, ਜਿਹੜੀ ਬੰਨੀ ਹੁੰਦੀ ਸੀ ਪੈਸੇ ਵਾਲੀ, ਖੋਲ ਕੇ ਰੱਖ ਦੇਣੀ ਵੀ ਲੈ ਗਣ ਵੇਲੋ ਗਣ ਲਾ, ਫਿਰ ਹੌਸਲਾ ਹੀ ਆ ਪੁੱਤ, ਹੁਣ ਉਹ ਜਿਹੇ ਦਿਨ ਮੈਨੂੰ ਕਿੱਥੇ ਮਿਲਣੇ ਨੀ। ਪਰ ਇੱਕ ਗੱਲ ਦੱਸੋ, ਅਸੀਂ ਅੱਜ ਵੀ ਉਹਨਾਂ ਦੇ ਗੀਤ ਸੁਣਦੇ ਹਾਂ, ਹੈਨਾ, ਬੜਾ ਮਜ਼ਾ ਆਉਂਦਾ ਹੈ। ਤੁਸੀਂ ਕੋਈ ਅਖਾੜਾ ਦੇਖਿਆ ਕਦੀ ਉਹਨਾਂ ਦਾ? ਨਹੀਂ, ਕਦੀ ਨਹੀਂ ਦੇਖਿਆ। ਗਾਣੇ ਸੁਣੇ? ਹਾਂ, ਗਾਣੇ ਤਾਂ ਹੁਣ ਸੁਣਦੇ ਹੀ ਆਪਾਂ, ਸੁਣਦੇ ਗਾਣੇ ਤਾਂ ਹੁਣ ਜਵਾਕ ਵੀ ਸੁਣੀ ਜਾਂਦੇ। ਠੀਕ ਹੈ, ਬਟ ਤੁਸੀਂ ਮਨ ਨਾ ਖਰਾਬ ਕਰੋ। ਮੈਂ ਸੁਣਿਆ ਤੁਸੀਂ ਬੰਬੇ ਜਾ ਰਹੇ ਹੋ। ਹਾਂਜੀ, ਇਹ ਪ੍ਰੀਮੀਅਰ ਦੇਖਣ ਜਾ ਰਹੇ ਇਮਤਿਆਜ਼ ਜੀ ਦੇ ਇਨਵੀਟੇਸ਼ਨ ਨਾਲ, ਹੈਨਾ, ਤੇ ਤੁਸੀਂ ਵੀ ਚੱਲੋ ਨਾਲ ਹੀ। ਮੈਨੂੰ ਸੱਦਿਆ ਹੀ ਨਹੀਂ ਉਹਨਾਂ ਨੇ। ਕਿਉਂ? ਮੈਨੂੰ ਸੀਟ ਤੇ ਜਾ ਕੇ ਆਇਆ ਸੀ। ਹਾਂ, ਮੈਂ ਇੰਟਰਵਿਊ ਕਰਕੇ ਆਈ ਹਾਂ ਜੋ ਤੁਹਾਡਾ ਕਿਰਦਾਰ ਨਿਭਾ ਰਹੇ ਨੇ ਉਹਨਾਂ ਦੀ। 8 ਮਾਰਚ ਨੂੰ ਮੇਲਾ ਲੱਗਦਾ ਹੈ, ਹੈਨਾ, ਸਮਾਦ ਤੇ, ਤੇ ਇਮਤਿਆਜ਼ ਅਲੀ ਜੀ ਖੁਦ ਆਏ ਸੀਗੇ, ਮਿਲ ਕੇ ਗਏ। ਹਾਂਜੀ, ਯਾਰ ਮਤਾਂ ਮਿਲੇ ਨੇ, ਭੱਜ ਗਏ। ਅੱਛਾ, ਹਾਂ, ਵਧੀਆ ਲੱਗਿਆ ਬਹੁਤ। ਹੁਣ ਫਿਲਮ ਦੇਖਣ ਜਾ ਰਹੇ ਹੋ ਫਿਰ ਤੁਸੀਂ? ਹਾਂਜੀ। ਕਹਿੰਦੇ ਮੰਮੀ ਨੂੰ ਜ਼ਰੂਰ ਲਿਆਉਣਾ, ਮੰਮੀ ਨੂੰ, ਅਮਨ ਨੂੰ ਕਹਿੰਦੇ। ਅੱਛਾ, ਮੰਮੀ ਨੂੰ ਨਹੀਂ ਛੱਡਣਾ, ਮਤਲਬ ਤੁਹਾਨੂੰ ਲੈ ਕੇ ਜਾਣਾ ਹੀ ਜਾਣਾ। ਬਹੁਤ ਅੱਛੀ ਗੱਲ ਹੈ, ਹੈਨਾ। ਬਹੁਤ ਬਹੁਤ ਮੁੰਡਿਆਂ ਨੇ ਆਪਾਂ ਨੂੰ ਐਵੇਂ ਕਹੀਏ, ਜਦ ਆਏ ਨੇ ਬਹੁਤ ਉਹਨਾਂ ਨੇ ਸਾਨੂੰ ਪ੍ਰੇਮ ਦਿੱਤਾ, ਸਾਡਾ ਤੇ ਉਹ ਪ੍ਰੇਮ ਬਹੁਤ ਕੀਤਾ ਉਹਨਾਂ ਨੇ ਜੀ, ਬੜਾ ਮਾਣ ਕੀਤਾ। ਹੁਣ ਜਦੋਂ ਫਿਲਮ ਬਣ ਰਹੀ ਹੈ, ਜਦੋਂ ਗੀਤ ਨਾਮ ਹੀ ਅਮਰ ਹੀ ਲੱਗ ਗਿਆ ਨਾਲ, ਹੈਨਾ, ਅਮਰ ਦੇ ਨਾਲ ਅਮਰ ਹੀ ਲੱਗ ਗਿਆ, ਲੈਜੈਂਡ ਹੀ ਲੱਗ ਗਿਆ। ਸੋ ਇੱਕ ਪਤਨੀ ਕੀ ਸੋਚਦੀ ਹੈ ਜਦੋਂ ਕੱਲੀ ਬੈਠੀ ਹੁੰਦੀ ਹੈ? ਅਸੀਂ ਘਰ ਦੇ ਵਿੱਚ, ਮੈਂ ਕੱਲੀ ਤਾਂ ਹੈ ਨਹੀਂ ਸੀ, ਮੇਰਾ ਸਹੁਰਾ ਸੀ, ਡੈਡੀ ਜੀ, ਤੇ ਮੇਰੀ ਨਣਦ ਸੀਗੀ, ਦੋ ਮੇਰੇ ਦਿਓਰ ਸੀਗੇ ਜੀ, ਜਾਣੀ ਇਹੋ ਜਿਹੀ ਨਹੀਂ ਸੀ ਕੋਈ ਗੱਲ। ਨਹੀਂ, ਹੁਣ ਅੱਜ ਫਰਜ਼ ਕਰ ਲਓ ਇੱਥੇ 10 ਮਿੰਟ ਲਈ ਕੱਲੇ ਬੈਠੇ ਹੋ, ਉੱਥੇ ਤਸਵੀਰ ਲੱਗੀ ਹੈ, ਇੱਥੇ ਤਸਵੀਰ ਲੱਗੀ ਹੈ, ਸਭ ਤੋਂ ਵੱਡੀ ਗੱਲ ਤੁਹਾਡੇ ਅੰਦਰ ਵੱਸਦੇ ਨੇ, ਕੀ ਸੋਚਦੇ ਹੋ, ਖੁਦ ਨਾਲ ਕੀ ਗੱਲਾਂ ਕਰਦੇ ਹੋ? ਮੈਂ ਕੀ ਗੱਲਾਂ ਦੱਸਣੀਆਂ, ਢਿੱਡ ਦੀਆਂ ਢਿੱਡ 'ਚ ਜਾਣਗੀਆਂ। ਆਹ ਮੇਰੀ ਬੇਟੀ ਆ, ਆਹ ਮੇਰਾ ਜਮਾਈ ਆ, ਮੈਂ ਘਰ ਜਮਾਈ ਰੱਖਿਆ, ਵੀ ਮੈਨੂੰ ਕੋਈ ਕੋਈ ਜੇ ਮੈਨੂੰ ਕੋਈ ਡਿੱਕਾ ਲੱਗੇ ਜਾਂ ਬਿਮਾਰ ਟਮਾਰ, ਮੈਂ ਘਰ ਜਮਾਈ ਰੱਖਿਆ। ਬੇਟਾ ਬਣ ਕੇ ਰਹਿ ਰਿਹਾ, ਹਾਂ, ਹੈ ਨਾ, ਸਾਰੀ ਜ਼ਿੰਮੇਵਾਰੀਆਂ ਪੂਰੀਆਂ। ਅਜੇ ਬੇਟਾ ਤਾਂ ਮੂਹਰੇ ਬੋਲੂਗਾ ਤਾਂ ਮੇਰਾ ਪੁੱਤ ਬੋਲਦਾ ਵੀ ਨਹੀਂ। ਅੱਛਾ, ਆ ਦੋ ਲੱਤਾਂ ਇੱਧਰ ਪਲੇਟਾਂ ਪਈਆਂ, ਇੱਧਰ ਰਾੜ ਪਈ ਆ, ਇਹ ਨਹੀਂ ਸਾਂਭਿਆ ਮੈਨੂੰ, ਕੌਣ ਸੀ ਸਾਂਭਣ ਵਾਲਾ ਜੀ। ਸੋ ਮਾਣਤਾ ਪਰ ਮਹਿਸੂਸ ਜ਼ਰੂਰ ਕਰਦੇ ਹੋਵੋਗੇ, ਹੈ ਨਾ, ਕਿ ਅੱਜ ਵੀ ਜਦੋਂ ਲੋਕੀ ਬਾਹਰ ਗਏ ਨੂੰ ਉਹ ਇੱਜ਼ਤ ਦਿੰਦੇ ਨੇ। ਹਾਂ, ਹੁੰਦਾ ਹੀ ਹੈ, ਹੁੰਦਾ। ਜ਼ਮੀਨ ਵਾਲੇ ਪਾਸੇ ਅੱਜ ਜਾਂਦੇ ਹੋ ਤੁਸੀਂ? ਜ਼ਮੀਨ ਅੱਜ ਤਾਂ ਦੇਤੀ, ਜ਼ਮੀਨ ਵੇਚਤੀ। ਵੇਚਤੀ ਸੀ? ਹਾਂਜੀ, ਬਾਅਦ ਵਿੱਚ। ਹਾਂਜੀ, ਬਾਹਰ ਵੇਚਤੀ, ਫਿਰ ਇਹਨਾਂ ਨਾਲ ਸਾਡਾ ਕੇਸ ਚੱਲਣ ਲੱਗ ਗਿਆ। ਅੱਛਾ, ਫਰੀਦਕੋਟੀਆਂ ਨਾਲ। ਓਕੇ, ਚਲੋ, ਹੁਣ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਹੁਣ ਪੂਰੀ ਤਿਆਰੀ ਕਰਕੇ, ਹੈ ਨਾ, ਟੌਰ ਇੱਕਦਮ ਰੋਣਾ ਨਹੀਂ ਹੈ ਹੁਣ ਤਾਂ। ਬਹੁਤ ਅੱਛਾ, ਇੱਕ ਬਹੁਤ ਫਕਰ ਵਾਲਾ ਮੌਕਾ ਆਉਣ ਵਾਲਾ 12 ਤਰੀਕ ਨੂੰ, ਤੁਸੀਂ ਫਿਲਮ ਦੇ ਜ਼ਰੀਏ ਫਿਰ ਇੱਕ ਵਾਰ ਉਸ, ਹੈ ਨਾ, ਸ਼ਖਸੀਅਤ ਨੂੰ ਜੀਓਗੇ। ਫਿਰ ਤੁਸੀਂ ਆਇਓ, ਮੈਨੂੰ ਸੱਦ ਲਓ ਇਮਤਿਆਜ਼ ਜੀ। ਨਹੀਂ, ਪੱਕਾ ਪੱਕਾ, ਮੈਂ ਨੈਟਫਲਿਕਸ ਤੇ ਜਦੋਂ ਦੇਖਾਂਗੀ ਨਾ ਫਿਲਮ, ਫਿਰ ਫਿਲਮ ਵੇਖ ਕੇ ਮੈਂ ਤੁਹਾਨੂੰ ਮਿਲਣ ਆਵਾਂਗੀ। ਠੀਕ ਆ, ਠੀਕ ਹੈ, ਫਿਰ ਅਸੀਂ ਗੱਲਾਂ ਕਰਾਂਗੇ। ਨੰਬਰ ਦੇ ਦਿਓ, ਹਾਂ, ਮੇਰੇ ਪੁੱਤ ਨੂੰ ਮੈਂ ਸੱਦੂ ਘਰੇ। ਹਾਏ, ਠੀਕ ਹੈ, ਬਹੁਤ ਸ਼ੁਕਰੀਆ। ਠੀਕ ਹੈ, ਬਾਕੀ ਮੈਂ ਜ਼ਿਆਦਾ ਤੰਗ ਨਹੀਂ ਕਰਾਂਗੀ, ਹੈ ਨਾ, ਕਿਉਂਕਿ ਤੁਹਾਡੀ ਤਬੀਅਤ ਵੀ ਠੀਕ ਨਹੀਂ ਹੈ। ਤੂੰ ਮੇਰੀ ਧੀ ਆ, ਮੈਨੂੰ ਕੋਈ ਗੱਲ ਨਹੀਂ। ਮੈਂ, ਮੈਨੂੰ ਮਾਣ ਹੈ ਕਿ, ਹੈ ਨਾ, ਮੈਨੂੰ ਇਸ ਗੱਲ ਦਾ ਹੀ ਬਹੁਤ ਮਾਣ ਹੈ ਕਿ ਮੈਂ ਇੱਥੇ ਆ ਕੇ ਬੈਠੀ ਹਾਂ, ਮੈਂ ਤੁਹਾਨੂੰ ਮਿਲੀ ਹਾਂ, ਪਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ। ਮੇਰਾ ਵਿਆਹ ਹੋਇਆ, ਜਦ ਤੱਕ ਮੈਂ ਸੀਗਾ ਚੂਹਾ ਜਿਹਾ। ਅੱਛਾ, ਨਹੀਂ ਨਹੀਂ, ਹਾਂਜੀ, ਅੱਛਾ, ਇਹ ਵੈਸੇ, ਹੈ ਨਾ, ਉਹੀ ਬੰਦਾ ਬੋਲ ਸਕਦਾ ਇਹਦਾ ਹੱਕ ਪੂਰਾ ਹੋਵੇ, ਹੈ ਨਾ। ਫਿਰ ਇੰਨੀ ਟੌਰ ਕਦੋਂ ਬਣ ਗਈ ਇਹਨਾਂ ਦੀ? ਇਹ ਬਸ ਹੁਣ ਤੁਹਾਡੀ ਰੋਟੀਆਂ ਦਾ ਕਮਾਲ ਸੀ ਜਿਹੜੀ ਲੈ ਕੇ ਜਾਂਦੇ ਸੀ ਡੱਬੇ ਚ, ਹੈ ਨਾ। ਤੋ ਇਹ ਤਾਂ ਆਪ ਕਹਿੰਦਾ ਸੀ ਡੈਡੀ, ਕਹਿੰਦਾ ਗਰਮੇਲੋ ਦੇ ਇਹੋ ਜਿਹੇ ਭਾਗ ਨੇ, ਕਹਿੰਦਾ ਇਹਨੇ ਆਪਣੀ ਗਰੀਬੀ ਕੱਢ ਦਿੱਤੀ। ਹਾਏ, ਬਹੁਤ ਵੱਡੀ ਗੱਲ ਹੈ ਨਾ, ਮੈਨੂੰ ਅੱਜ ਤਾਈਂ ਇਹਨੇ ਚੂਮ ਨਹੀਂ ਸੀ ਕਿਹਾ। ਅੱਛਾ, ਨਾ ਆਏ ਆਏ ਉਂਗਲੀ ਵੀ ਨਹੀਂ ਸੀ ਲਾਈ, ਕਹਿੰਦਾ ਆਪਣੇ ਤਾਂ ਲਸਮੀ ਆਈ ਆ, ਫਿਰ ਹੈ ਵੀ ਲਸਮੀ ਸੀ, ਇਹਦੇ ਲਈ ਤਾਂ ਲਸਮੀ ਸੀ। ਬਿਲਕੁਲ, ਬਹੁਤ ਅੱਛੀ ਗੱਲ ਹੈ, ਹੈ ਨਾ।
ਬਹੁਤ ਸ਼ੁਕਰੀਆ ਤੁਸੀਂ ਆਪਣੇ ਦਿਲ ਦੀ ਗੱਲਾਂ ਸਾਂਝੀਆਂ ਕੀਤੀਆਂ, ਮੈਂ ਸ਼ੁਕਰਗੁਜ਼ਾਰ ਹਾਂ। ਠੀਕ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ। ਮੈਨੂੰ ਇਹ ਲੱਗਦਾ ਹੈ ਕਿ ਇਨਸਾਨ ਸਰੀਰਕ ਪੱਖੋਂ ਜ਼ਰੂਰ ਇਸ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈ, ਪਰ ਕੁਝ ਨਾਮ ਹਮੇਸ਼ਾ ਦੇ ਲਈ ਇਸ ਸਮਾਜ ਦੇ ਵਿੱਚ, ਸਾਡੀ ਦੁਨੀਆਂ ਦੇ ਵਿੱਚ ਅਮਰ ਹੋ ਜਾਂਦੇ ਨੇ, ਜਿਹਨਾਂ ਵਿੱਚੋਂ ਇੱਕ ਨਾਮ ਸੀ ਅਮਰਜੀਤ ਚਮਕੀਲਾ ਜੀ। ਉਹਨਾਂ ਦੀ ਧਰਮ ਪਤਨੀ ਗੁਰਮੇਲ ਕੌਰ ਜੀ ਨਾਲ ਗੱਲਬਾਤ ਕੀਤੀ ਹੈ। ਇਹਨਾਂ ਦਾ ਕਿਰਦਾਰ ਔਰ ਅਹਿਸਾਸ ਵੀ ਤੁਸੀਂ ਫਿਲਮ ਦੇ ਵਿੱਚ ਵੇਖ ਪਾਓਗੇ, 12 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹ ਫਿਲਮ ਬਣੀ ਔਰ ਉਸਦੇ ਹੀ ਚੱਲਦੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਮਿਲ ਪਾਏ। ਸੋ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦੀ ਹਾਂ। ਆਈ ਐਮ ਸ਼ੋਰ ਤੁਸੀਂ ਵੀ ਉਹਨਾਂ ਨੂੰ ਪਿਆਰ ਕਰਦੇ ਹੋ, ਉਹਨਾਂ ਦੇ ਗੀਤ ਸੁਣਦੇ ਹੋ, ਔਰ ਉਹਨਾਂ ਦੇ ਪਰਿਵਾਰ ਨੂੰ ਆਪਣੀਆਂ ਦੁਆਵਾਂ ਦੇ ਵਿੱਚ ਰੱਖਣਾ। ਬਾਕੀ ਫਿਲਮ ਦੇਖ ਕੇ ਜ਼ਰੂਰ ਦੱਸਣਾ ਤੁਹਾਨੂੰ ਕਿਹੋ ਜਿਹੀ ਲੱਗੀ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।